ਹਾਂਜੀ ਬਾਈ ਹੁਣ ਦੱਸੋ। ਅੱਗੇ ਆ ਗਿਆ ਜੀ 963 ਹੈ ਜੀ, 963 ਬਾਈ ਨੌ ਸੌ ਦੇਖੋ ਤਰੇਟ ਆ 2021 ਮਾਡਲ ਦਿਖਾ ਦੇ ਸਾਰਾ ਬੰਨੇ ਨੂੰ। ਲੈ ਵੀ 963 ਪਹਿਲਾਂ ਬਈ ਟਾਇਰ ਦੇਖੋ ਐ ਪਏ ਆ, ਦੇਖੋ ਨਵੇਂ ਟਾਇਰ ਸਾਰਾ ਆਪਣੇ ਕੋਲ ਟ੍ਰੈਕਟਰ ਮਾੜਾ ਤਾਂ ਹੋਊਗਾ ਨਾ ਯਾਰ। ਕਿਤੇ ਬਈ ਚਾਬੀ ਨੀ ਲੱਗੀ, ਕੁਛ ਨੀ, ਬਾਕੀ ਬਾਈਆਂ ਦਾ ਵੀ ਗਾਰੰਟੀ ਸਟਿੱਕਰ ਦੇਖੋ, ਕੁਛ ਵੀ ਨੀਗਾ ਬਾਈ। ਨਵਾਂ ਟ੍ਰੈਕਟਰ ਹੈ ਜੀ, ਨਵਾਂ ਟ੍ਰੈਕਟਰ ਆ ਬਾਈ, ਨਾਲ ਦੇ ਟਾਇਰ ਆ 80-75 ਪਏ, ਟਾਇਰ ਵੀ ਵੇਖੋ ਨਾਲ ਦੇ ਟਾਇਰ ਆ ਬਾਈ। ਤੇ ਬਾਕੀ ਬਈ ਛਤਰੀ ਵਗੈਰਾ ਵੇਖ ਲਓ, ਮਤਲਬ ਕੋਈ। ਮੈਂ ਇੱਕ ਚੀਜ਼ ਬੜੀ, ਮੈਨੂੰ ਬੜਾ, ਮੇਰਾ ਵੀ ਚਿੱਤ ਬੜਾ ਖੁਸ਼ ਹੋਇਆ ਬਈ, ਅੱਜ ਮੈਂ ਵੈਟ ਵੀਡੀਓ ਤੋਂ ਮੈਂ ਬਹੁਤ ਚਿਰ ਹੋ ਗਿਆ ਪਾਉਂਦੇ ਨੂੰ। ਆਹ ਵੇਖੋ ਪੈਡਲਾਂ ਦੇ ਮੈਟ ਬਾਈ ਆ, ਜਿਵੇਂ ਕਿਸੇ ਨੇ ਸ਼ੌਂਕ ਨਾਲ ਰੱਖਿਆ ਉਵੇਂ ਆ, ਉਵੇਂ ਆ। ਮੰਨ ਕੇ ਇਹ ਨੀਗਾ ਵੀ ਉਹ ਚੀਜ਼ ਹੋ ਗਈ ਜਿਵੇਂ ਇਹ ਆ, ਮੰਨ ਕੇ ਚੱਲ ਜਿਵੇਂ ਅੱਜ ਕੱਲ੍ਹ ਮੁੰਡੇ ਚਾਹੁੰਦੇ, ਮੇਰੇ ਹਿਸਾਬ ਨਾਲ ਤਾਂ ਉਹੀ ਆ ਬਈ, ਬਾਕੀ ਹਰ ਇੱਕ ਬੰਦੇ ਦੀ ਚੁਆਇਸ ਅਲੱਗ ਅਲੱਗ ਹੁੰਦੀ ਆ। ਤੇ ਬਾਕੀ ਵੀ ਲਿਖੋ, ਵੇਖੋ ਇਹ ਟਰੈਕਟਰ ਦੀ ਚਾਰ ਸ਼ੇਰੋਂ, ਇਹ ਬਾਈ ਨਵਾਂ ਟਰੈਕਟਰ ਆ ਬਾਈ, ਜਮਾ ਬੈਂਪਰ ਬਾਈ ਇਹਦੇ ਵੀ ਪੂਰਾ ਤਗੜਾ ਸਟਰੋਂਗ ਲੱਗਿਆ ਵਾ। ਤੇ ਬਾਈ ਕੀ ਇਹਦਾ ਮਤਲਬ ਉਰਕੀ ਮਾਡਲ ਹੈ? ਇੱਕ ਹੀ ਮਾਡਲ ਹੈ ਜੀ, ਹਾਂ 21 ਦੇ ਵੀ ਇਹ ਮੇਰੇ ਖਿਆਲ ਨਾਲ 6ਵੇਂ 7ਵੇਂ ਮਹੀਨੇ ਦਾ ਜੀ, 6ਵੇਂ 7ਵੇਂ ਬਿਲਕੁਲ ਨਵਾਂ ਟਰੈਕਟਰ ਹੈ ਜੀ। ਸਿਰਫ 6,65,000 ਰੁਪਏ ਜੀ, ਸਿਰਫ 6,65,000। ਹਾਂਜੀ, ਲੋਕ 7-7 ਲੱਖ ਰੁਪਏ ਮੰਗੀ ਨੇ, ਕਿਉਂ ਬੰਦ ਹੋਣੇ ਕਰਕੇ ਨਾ। ਹਾਂਜੀ ਹਾਂਜੀ ਹਾਂਜੀ, ਮਸ਼ੀਨ ਤੇ ਬਹੁਤ ਕਾਂ ਹੋਇਆ ਟਰੈਕਟਰ ਜੀ, ਠੀਕ ਹੈ ਜੀ। ਇਹ ਤੇ ਜੋਂਡੀ ਆ, ਦੋਨੇ ਟਰੈਕਟਰ ਨਾ ਮਸ਼ੀਨ ਤੇ ਬਹੁਤ ਕਾਂ ਹੋਇਆ, ਇਹ ਵੀਡੀਓ ਵੀ ਡਬਲ ਆ ਗਈ ਜੀ। ਹਾਂਜੀ ਹਾਂਜੀ, ਬੈਕ ਵੀ ਸਪੀਡ ਜ਼ਿਆਦਾ ਹੈ ਜੀ, ਠੀਕ ਹੈ ਜੀ, ਇਹ ਬਹੁਤ ਵਧੀਆ ਟਰੈਕਟਰ ਹੈ ਜੀ, ਠੀਕ ਹੈ ਠੀਕ ਹੈ। ਬਾਕੀ ਸ਼ਿਵਰਾਜ ਦਾ ਉਹਦੇ ਨਾਂ ਜਿਵੇਂ ਚੱਲਦਾ, ਹਾਂਜੀ ਹਾਂਜੀ, ਇਹ ਨਹੀਂ ਕਾਮਯਾਬ ਜ਼ਿਆਦਾ ਜੀ, ਇੱਧਰ ਚੜੇ ਹੋਏ ਆ ਜੀ, ਇੱਥੇ ਮੁੰਡੇ ਦੇ ਕੋਲੇ ਦੋ ਤਿੰਨ ਉਸ ਪਿੰਡ ਚੜੇ ਹੋਏ ਮਸ਼ੀਨ ਤੇ, ਠੀਕ ਹੈ ਠੀਕ ਹੈ। ਉਹਨਾਂ ਨੇ ਸਾਨੂੰ ਦੱਸਿਆ ਕਿ 3-4 ਟਰੈਕਟਰ ਸਾਡੇ ਤੋਂ ਉਹੀ ਦਵਾ ਕੇ ਲੈ ਗਏ ਬੰਦੇ, ਠੀਕ ਹੈ ਠੀਕ ਹੈ। ਸਾਡੇ ਕੋਲ 3-4 ਟਰੈਕਟਰ ਪਹਿਲਾਂ ਵੀ ਆਏ ਸੀ, ਉਹ ਕਹਿੰਦੇ ਵੀ ਮਸ਼ੀਨ ਤੇ ਬਹੁਤ ਕਾਮਯਾਬ, ਤੇਲ ਦਾ ਖਰਚਾ ਵੀ ਘੱਟ, ਜੋਂਡੀਆ ਜਿੰਨਾ ਹੀ ਕੰਮ ਕਰਦਾ ਹੈ, ਠੀਕ ਹੈ ਜੀ। ਹਾਂ, ਜਿਵੇਂ ਜੋਂਡੀਆ ਨਹੀਂ ਕਾਮਯਾਬ ਮਸ਼ੀਨ ਤੇ, ਵੀ ਮਤਲਬ ਪੀਟੀਓ ਨੂੰ ਕਾਮਯਾਬ ਆ, ਪੰਜਾਬੀ ਦੇ ਆਪਣੇ ਗੱਲਾਂ ਬਣੀ ਜਾਵੇ ਉਹਦੀ, ਉਹ ਪੀਟੀਓ ਨੂੰ ਕਾਮਯਾਬ ਉਹ ਚੀਜ਼ ਹੀ ਆ ਬਾਈ। ਉਸ ਤੋਂ ਅਗਲਾ ਟਰੈਕਟਰ ਬਾਈ 5310 ਹੈ ਜੀ, ਗੇਅਰ ਪ੍ਰੋ, ਗੇਅਰ ਪ੍ਰੋ 2021 ਦੇ ਮਾਰਕੇ 22 ਦੀ ਆਰਸੀ ਹੈ ਜੀ ਬਾਈ। ਮੇਲਾ ਦੇ ਵੀ ਬੰਦ ਹੋ ਗਿਆ 53-10, ਹਨਾ ਬੰਦ ਹੋ ਗਿਆ, CRD ਚ ਆ ਗਏ ਜੀ। ਲੈ ਵੀ 53-10 ਦਾ ਵੀ ਚਾਹਵਾਨ ਜੋ ਹੈ ਵੀ ਬੰਦਾ ਦਾ ਛਤਰੀ ਫਾਈਬਰ ਦੀ ਲੱਗੀ ਹੈ, ਬਹੁਤ ਨਵਾਂ ਟਰੈਕਟਰ ਹੈ ਤੇ ਪੋਲੋ ਵੀ ਡੈਰਾਂ ਤੇ ਉਵੇਂ ਲਿਖਿਆ ਹੈ, ਦੇਖੋ ਸੋ ਸਾਹਿਬ ਬਾਈ, ਆ ਦੇਖੋ, ਆ ਦੇਖ ਲਓ, ਇਹ ਚੱਲਿਆ ਸਿਰਫ ਟਰੈਕਟਰ 800 ਘੰਟੇ ਦੇ ਨੇੜੇ ਚੱਲਿਆ ਬਸ, ਠੀਕ ਆ ਵੀ ਗੇਅਰ ਪ੍ਰੋ ਨਵਾਂ ਟਰੈਕਟਰ ਹੈ ਜੀ। ਲੈ ਵੀ ਨਵਾਂ ਟਰੈਕਟਰ ਹੈ ਜੀ ਬਈ, ਮੰਨ ਕੇ ਚੱਲ ਜਿਹੜੇ ਮੈਂ ਆਪਣੇ ਕੋਲ ਟਰੈਕਟਰ ਖੜੇ ਆ, ਸਾਰੇ ਤਕਰੀਬਨ ਬੰਦ ਹੋ ਗਏ, ਹਨਾ ਬਈ, ਬੰਦ ਹੋ ਗਏ ਤਕਰੀਬਨ, ਸਾਰੇ CRD ਦੇ ਵਿੱਚ ਆ ਗਏ ਬਈ। ਤੇ ਬਈ ਇਹ ਕਿਹੜਾ ਮਾਡਲ ਆ? ਇਹ 2021 ਦੇ ਮਾਰਕੇ ਕਾਪੀ 22 ਦੀ ਹੈ ਜੀ, ਇੱਕ ਕਾਪੀ 22 ਦੀ ਹੈ, 22 ਮਾਡਲ ਹੀ ਬਣੂਗਾ ਜੀ। ਤੇ ਬਈ ਇਹ ਦੂਜਾ ਮੰਨ ਕੇ ਕੀ ਡਿਮਾਂਡ ਕਰਦੇ ਹੋ ਇਹਦੀ ਆਪਾਂ? ਇਹਦੀ 8.5 ਲੱਖ ਰੁਪਇਆ ਕਰਦੇ ਹਾਂ ਜੀ, 8.5 ਲੱਖ। ਜਮਾ ਨਵਾਂ ਟਰੈਕਟਰ ਆਈ, ਛਤਰੀ ਛੁਤਰੀ ਵੀ ਨਵਾਂ, ਨਵਾਂ ਟਰੈਕਟਰ ਮੰਨ ਕੇ ਲੈ ਜੇ ਭਾਜੀ, ਅੰਸੀ ਚੋਂ ਕਢਾਉਣ ਵਾਲੀ ਗੱਲ ਹੈ ਯਾਰ, ਗੱਲ ਨਹੀਂ ਕੀ ਹੁੰਦਾ ਕੁਛ ਨਹੀਂ, 2000 ਘੰਟੇ ਤੱਕ ਤਾਂ ਜਿਉਂਦੀ ਯਾਰ, ਸਹੀ ਵਰਕ 2000 ਘੰਟੇ ਤੋਂ ਬਾਅਦ ਕਰਦਾ, ਉਸ ਤੋਂ ਬਾਅਦ ਹੀ ਚੱਲਣਾ ਦੱਸਦਾ ਵੀ ਮੈਂ ਕੀ ਕਰਦਾ। ਸਹੀ ਗੱਲ ਹੈ ਬਈ, ਹਾਂ। ਤੇ ਉਸ ਤੋਂ ਅਗਲਾ ਬਈ? ਉਸ ਤੋਂ ਅਗਲਾ 36-30 ਸਪੈਸ਼ਲ ਐਡੀਸ਼ਨ ਹੈ ਜੀ, ਜਵਾਨਾਂ ਦੇ ਦਿਲਾਂ ਦੀ ਧੜਕਣ, ਆ ਸਹੀ ਗੱਲ ਆ ਬਈ, 8-900 ਘੰਟੇ ਚੱਲਿਆ ਵਾ ਜਮਾ, ਨਵਾਂ ਟਰੈਕਟਰ 20 ਮਾਡਲ ਆ ਜੀ, 20 ਮਾਡਲ ਆ ਦੇਖੋ। ਇਹ ਆਪਣੇ ਦਿੱਤਾ ਵਿਆ ਟਰੈਕਟਰ, ਅੱਛਾ ਆਪਣੇ ਦਿੱਤਾ ਸੀ ਬੰਦੇ ਆਪਾਂ ਨੂੰ ਦੇ ਕੇ, ਹੁਣ ਆਪਣੇ ਤੋਂ 56-20 4x4 22 ਮਾਡਲ ਲੈ ਗਏ ਜੀ। ਅੱਛਾ, ਆਪਾਂ ਤੋਂ ਲੈ ਕੇ ਗਏ ਬਾਅਦ ਚ, ਮਤਲਬ ਆਪਾਂ ਕੱਟ ਵੀ ਲਿਆ ਵਾਪਸ, ਕੱਟ ਲਿਆ ਜੀ ਆਪਾਂ, ਜਿੰਨੇ ਨੇ ਦਿੱਤਾ ਹੀ ਉਹਨੇ ਨੇ ਕੱਟਿਆ। ਅੱਛਾ, ਪੁੱਛ ਲਿਓ ਜਾ ਕੇ, ਠੀਕ ਆ, ਮਾਰਾ ਮੁੰਡਾ ਜਲਾਲਾਬਾਦ ਦਾ, ਠੀਕ ਆ, ਜਿੰਨੇ ਦਿੱਤਾ ਸੀ ਸਾਲ 1.5 ਸਾਲ ਚਲਾ ਲਿਆ ਉਹਨੇ ਨੇ ਹੁਣ ਕੱਟਿਆ, ਅਜੇ ਉਹਨੇ ਦੇ ਕੱਟਿਆ ਬਈ, ਆਪਣੇ ਤੋਂ 4x4 22 ਮਾਰੋ, 56-20 ਲੈ ਗਿਆ ਉਹ, ਠੀਕ ਆ, ਸ਼ੌਂਕ ਨਾ ਅੱਗੇ ਵੀ ਆਉਣਾ ਹੀ ਮੈਂ ਲੈਣਾ। ਫਿਰ ਉੱਥੇ ਸਾਡੇ ਕੋਲ ਆਇਆ, ਲੈਣ ਤੋਂ ਆਇਆ ਸੀ ਉਦੋਂ ਟਰੈਕਟਰ ਨਾ, ਇੱਕ ਪਹਿਲਾਂ ਇਹਦੇ ਵਿੱਚ ਕੱਟਿਆ ਸੀ ਇਹ, ਠੀਕ ਆ, 53-30-14 ਮਾਡਲ, ਠੀਕ ਆ, ਉਹਦਾ ਐਫੀਡੇਵਿਟ ਪਾਰਟੀ ਨੂੰ ਬਣਾ ਕੇ ਦੇਣਾ ਸੀ, ਠੀਕ ਆ ਜੀ। ਉਹ ਗੱਲਾਂ ਕਰਨਾ ਪਿਆ, ਕਹਿੰਦਾ ਬਰਾੜੀ ਯਾਰ ਕੋਈ ਤੇਰੇ ਕੋਲੇ 4-wheel ਟਰੈਕਟਰ ਆਇਆ ਤਾਂ ਦੱਸੀ, ਠੀਕ ਆ ਜੀ। ਮੈਂ ਕਿਹਾ ਇਹਨੂੰ ਕਿਹੜੀ ਗੱਲ, ਖੜੇ ਘਰੇ 3-4-wheel ਆਪਣੇ ਕੋਲ ਖੜੀ ਹੁੰਦੀ ਸੀ, 56-30 ਵੀ ਖੜਾਈ ਤੇ 56-20 ਵੀ ਖੜਾਈ ਤੇ 56-20 ਇੱਕ ਉਹ ਖੜਾਈ, ਠੀਕ ਆ ਜੀ। ਉਹ ਕਹਿੰਦਾ ਫਿਰ ਮੈਂ ਤਾਂ 22 ਮਾਡਲ ਲਿਆਉਂਗਾ। ਮੈਂ ਕਿਹਾ ਆ ਜਾ, ਅਸੀਂ ਉੱਥੋਂ ਹੀ ਆ ਗਏ, ਠੀਕ ਆ, ਕੋਈ ਘਰੇ ਬੰਦੇ ਨੇ ਰਹਿਣੀ ਕਰੀ, ਮੈਨੂੰ ਸੌਦਾ ਕਰਕੇ ਬੈਠ ਕੇ 10 ਮਿੰਟਾਂ ਚ ਸੌਦਾ ਕਰਕੇ, ਜਿੰਨੇ ਤੈਨੂੰ ਦਿੱਤੇ ਉਨੇ ਤੇਰਾ ਕੱਟ ਲੈਣਾ, ਠੀਕ ਆ ਜੀ, ਟਰੈਕਟਰ ਨਾ ਖਰਾਬ ਕਰੀ। ਉਹ ਵਿਚਾਰਾ ਉਧਰੋਂ ਟਰੈਕਟਰ ਲਈ ਆਇਆ ਤੇ ਮੇਰਾ ਟਰੈਕਟਰ ਲੈ ਗਿਆ, ਕਿਉਂਕਿ
ਮਸ਼ਹੂਰ ਬੰਦੇ ਆ ਜੀ, ਠੀਕ ਜਾ ਕੇ ਕੋਈ ਪੁੱਛ ਵੀ ਸਕਦਾ, ਬਿਲਕੁਲ ਨਵਾਂ ਟਰੈਕਟਰ ਓਹੀ ਓਹਨੇ ਰੱਖਿਆ ਸ਼ੌਂਕ ਨਾਲ, ਸ਼ੌਂਕ ਨਾਲ ਰੱਖਿਆ ਬਾਈ ਕਹਿੰਦਾ ਮੈਂ ਆਪ ਹੀ ਦਿੱਤਾ ਸੀ ਡੇਢ ਸਾਲ ਬਾਅਦ ਆਪ ਹੀ ਕੱਟ ਲਿਆ, ਓਹਨੇ ਦਾ ਕੱਟਿਆ ਨੀ ਗਾ ਵੀ ਅਗਲੇ ਨੂੰ ਕਹਿਤਾ ਵੀ ਬਾਈ ਤੂੰ ਤਾਂ ਚਲਾ ਲਿਆ ਇੱਕ ਗੱਲ ਕਰ ਲਿਆ, ਪੁੱਛ ਲੋ ਜੀ ਭਾਵੇਂ ਜਾ ਕੇ, ਹਾਂ ਸਹੀ ਬਾਈ ਕਹਿੰਦਾ ਜਦੋਂ ਮਰ ਆਪਣੇ ਕੋਲ ਟ੍ਰੈਕਟਰ ਸਾਰੇ ਮੰਨ ਕੇ ਚੱਲ ਜਾਓ 15-16 ਮਾਡਲ ਤੋਂ ਉੱਤੀ ਆਉਂਦੇ ਹਨ, ਤਕਰੀਬਨ ਜ਼ਿਆਦਾ ਲੋਨ ਹੀ ਹੋ ਜਾਂਦਾ, ਜੂਨੀਅਰ ਦੋਨੀਅਰ ਮਾਡਲ, ਇਹ ਦੋਨੀਅਰ 2010 ਦੇ ਮਾਰ ਕੇ 11 ਦੀ ਕਾਪੀ ਹੈ ਬਈ, ਇਹ 10 ਮਾਡਲ ਦਾ ਸਾਫ ਬਹੁਤ ਪਿਆ ਹਨਾ, ਕਹਿ ਦਿੰਦਾ ਵੀ ਜੂਨੀਅਰ ਹੈ, ਠੀਕ ਹੈ ਜੀ, ਹੁਣ ਟ੍ਰੈਕਟਰ ਦੀ ਕੰਡੀਸ਼ਨ ਤੂੰ ਦਿਖਾ ਵੀ ਖੁਸ਼ ਸਾਹ, ਰਿਮਾਂ ਰਿਮਾਂ ਦਾ ਕੀ, ਆਪਾਂ ਟ੍ਰੈਕਟਰ ਯਾਰ ਮੇਰੀ ਤੈਨੂੰ ਆਖਣਾ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਦੇ, ਲਓ ਵੀ ਦੇਖੋ ਕਿਆ ਬਾਤ ਆ, ਟਾਇਰ ਦੇਖੋ ਬਈ ਜਮਾ ਮਤਲਬ ਨਵਾਂ ਪਿਆ ਬਈ, ਤਕਰੀਬਨ ਬੰਦੇ ਗੱਲਾਂ ਕਰਦੇ ਆ ਵੀਡੀਓ ਚ ਕਰਨੀ ਬਹੁਤ ਔਖੀ ਹੈ, ਸਹੀ ਗੱਲ ਹੈ ਬਈ, 80-75 ਮਿੰਟ ਰੰਗ ਬੰਦਿਆਂ ਕੋਲ ਟ੍ਰੈਕਟਰ ਰੰਗੇ ਹੁੰਦੇ ਆ, ਸਹੀ ਗੱਲ ਤੇ ਆਪਣੇ ਕੋਲੇ 5% ਵੀ ਰੰਗ ਵਾਲੇ ਟ੍ਰੈਕਟਰ ਹੈਗੇ, ਰੰਗ ਵਾਲੇ ਹੈ ਨੀ, ਹੁਣ ਵੇਖ ਹੀ ਰਹੇ ਸਾਰੇ, ਸਹੀ ਗੱਲ ਹੈ, ਆਪਾਂ ਉਹ ਗੱਲਾਂ ਨੀ ਕਰਦੇ ਐਵੇਂ ਕਿਸੇ ਨੂੰ ਆਪਾਂ ਨਾ ਮਾੜਾ ਕਹੀਏ ਨਾ ਕਹੀਏ, ਆਪਾਂ ਇਹ ਵੀ ਅਪੀਲ ਕਰਦੇ ਆ ਜਿਮੀਦਾਰ ਭਰਾਵਾਂ ਨੂੰ ਵੀ, ਠੀਕ ਹੈ ਜੀ, ਵਪਾਰੀਆਂ ਨੂੰ ਵੀ ਚੰਗੀ ਚੀਜ਼ ਦਿਓ ਯਾਰ, ਆਪਦੇ ਪੈਸੇ ਲੈ ਲੋ ਠੋਕੇ ਲਓ, ਇੱਕ ਗੱਲ ਹੈ ਇਹ ਬਾਬੇ ਦੀ ਕਿਰਪਾ ਨਾਲ ਕੰਮ ਹੁੰਦੀ, ਕਿਸੇ ਬੰਦੇ ਨੇ ਕੋਈ ਚੰਗਾ ਪਹਿਲਾਂ ਤੂੰ ਆਪਣਾ ਇਹ ਕਰ ਰਿਹਾ, ਸਹੀ ਗੱਲ ਜੇ ਕਿਹਨੇ ਚੰਗਾ ਟ੍ਰੈਕਟਰ ਲੈਣਾ ਤਾਂ ਵੀ ਬਰਾੜ ਕੋਲ ਜਾਓ, ਬਈ ਇਹ ਮੰਨ ਕੇ 53 ਦੱਸ ਜਿਵੇਂ ਕਿੰਨੀਆਂ ਸਪੀਡਾਂ ਚਾਹੁੰਦਾ ਸੀ, ਇਹ 3 ਸਪੀਡਾਂ ਹੀ ਆਉਂਦਾ ਜੀ, ਪਹਿਲਾਂ ਤੋਂ ਡਬਲ ਡਿਸਟ੍ਰੀਬਿਊਟਰ ਵਾਲਾ ਜੀ, ਡਬਲ ਪੀਟੀ ਵਾਲਾ ਹੈ, ਅੱਛਾ ਡਬਲ ਪੀਟੀ ਹੋ ਬਈ, ਡਬਲ ਸਪੀਡਾਂ ਵਾਲਾ ਵੀ ਮੰਨ ਕੇ ਚੱਲੋ, ਜਿਵੇਂ ਕਹਿ ਦਈਏ ਨਾ ਵੀ ਅੱਜ ਜਿੱਥੇ ਮਰਜ਼ੀ ਚੜਾ ਰਹੇ ਆ, ਸੁਪਰ ਸੀਡਰ ਤੇ ਕੰਮ ਜਿੱਥੇ ਮਰਜ਼ੀ ਕੰਮ ਤੇ ਲਾ ਰਹੇ, ਜਿਵੇਂ ਨਵਾਂ ਟ੍ਰੈਕਟਰ ਹੈ ਦੀ ਮਸ਼ੀਨ ਦੇ ਨੇੜੇ ਵੀ ਨਹੀਂ ਗਿਆ, ਠੀਕ ਹੈ, ਜ਼ਿੰਮੇਵਾਰੀ ਵੀ ਮਸ਼ੀਨ ਤੇ ਨਹੀਂ ਚੱਲਣੀ, ਜ਼ਿੰਮੇਵਾਰੀ ਹੈ ਬਈ, ਬਿਲਕੁਲ ਨਵਾਂ ਟ੍ਰੈਕਟਰ ਹੈ ਜੀ, ਕਲੋਪੀ ਕਲੋਪੀ ਲੱਗੀ ਵੀ ਸਾਰਾ, ਸਹੀ ਗੱਲ ਹੈ ਬਈ, ਦੇਖੋ ਬਿਲਕੁਲ ਓਕੇ ਟ੍ਰੈਕਟਰ ਇਹਨੂੰ ਬਈ, ਬਹੁਤ ਜਿਵੇਂ ਇਹ ਜਿਵੇਂ ਕਾਲੇ ਢੇਡਾ ਲਗਾ ਦਈਏ ਆਪਾਂ, ਬੜਾ ਲੋਕ ਮੰਗਦੇ ਇਹਨੂੰ, ਹਨਾ ਮੰਗਦੇ ਆ ਜੀ, ਇਹ ਮਿਲਦਾ ਘੱਟ ਹੈ ਟ੍ਰੈਕਟਰ, ਮਿਲਦਾ ਹੁਣ ਟਾਇਰ ਵੇਖ ਲਾ ਤੂੰ ਖੁਦ ਸਾਹ, ਹਾਂਜੀ ਅਗਲੇ ਟਾਇਰ ਵੀ ਵੱਡੇ ਪਾਏ ਹੋਏ ਆ, 7-50 ਦੇ, 7-50 ਨਹੀਂ 6-50 ਦੇ ਆਉਂਦੇ ਆ, ਮਡਗਾਰਡ ਮਡਗਾਰਡ ਲਾਏ ਜਿਵੇਂ ਬੀ ਗੱਡੀ ਦੇ ਜਿਵੇਂ ਨਵੇਂ ਚਾਰੇ ਟਾਇਰ ਬੀ ਗੱਡੀ ਦੇ ਨਵੇਂ ਆ, ਠੀਕ ਹੈ ਜੀ, ਹੁਣ ਇਹਦੇ ਟਾਇਰ ਹੀ ਇਕੱਲੇ 70-80 ਹਜ਼ਾਰ ਰੁਪਏ ਨੂੰ ਟਾਇਰ ਹੈ, ਬਾਕੀ ਟ੍ਰੈਕਟਰ ਜਿਵੇਂ ਨਵਾਂ ਹੈ ਬਈ, ਦੇਖੋ ਇਹ ਸ਼ੋ ਬੜੀ ਸਾਫ ਪਈ ਹੈ ਨਾ, ਬਿਲਕੁਲ ਨਵਾਂ ਟ੍ਰੈਕਟਰ ਹੈ ਜੀ, ਨਵਾਂ, ਸਹੀ ਗੱਲ ਹੈ ਬਈ, ਇਹਦਾ ਰੇਟ ਸਿਰਫ ਖੁਸਰ ਸਾਹਿਬ 5,65,000 ਰੁਪਏ, ਹਲਕਾ ਫੁਲਕਾ ਮਾਨ, ਹਲਕਾ ਫੁਲਕਾ ਮਾਨ ਤਾਂ, ਬਿਲਕੁਲ ਨਵਾਂ ਟ੍ਰੈਕਟਰ, ਇੱਕ ਆਪਣਾ ਬਾਹਰ ਦਿਖਾ ਰਹੇ ਜੌਂਡੀ ਉਹ ਵੀ ਕਾਲੀ ਪੇਟੀ ਆ, ਠੀਕ ਆ ਬਈ, ਬਾਹਰ ਖੜਾ ਹੈ ਦਿਖਾਵਾਂਗੇ ਬਈ, ਇਹ ਵੀ ਕਾਲੀ ਢੇਡਾ ਲਾ 2010 ਮਾਡਲ ਹੈ ਜੀ, ਅੱਛਾ ਇਹ ਵੀ 10 ਮਾਡਲ ਹੈ, ਇਹ ਹੁਸਨ ਭੱਟੀ ਤੋਂ ਆਇਆ, ਹੁਸਨ ਭੱਟੀ ਤੋਂ ਫਰੀਦਕੋਟ ਕੋਲੋਂ ਆਪਣਾ ਮਿੱਤਰ ਹੈ ਗੁਰਜਿੰਦਰ ਸਿੰਘ, ਠੀਕ ਹੈ ਜੀ, ਭਾਵੇਂ ਉਹਨੂੰ ਪੁੱਛ ਕੇ ਆ ਕੇ ਫਿਰ ਆਪਣੇ ਨਾਲ ਗੱਲ ਕਰ ਲਓ ਜੀ, ਬਿਲਕੁਲ ਲੋਕੀ ਟ੍ਰੈਕਟਰ ਹੈ ਜੀ, ਠੀਕ ਹੈ ਬਈ, ਕੋਈ ਇਹਦੇ ਵਿੱਚ ਲਾਂਬੇ ਵਾਲਾ ਸੌਦਾ ਨਹੀਂ, ਟਾਇਰ ਦੇ 75-80 ਪੈਸੇ ਹੈ ਜੀ, ਠੀਕ ਹੈ, ਇਹ ਹਿੱਸਾ ਵੀ ਇਹਦਾ ਖੁੱਲਦਾ, ਬਾਕੀ ਸਾਰਾ ਟੌਪ ਹੈ, ਡਬਲ ਪੀਟੀਓ ਡਬਲ ਡਿਸਟ੍ਰੀ, ਹਿੱਸਾ ਵੀ ਇਹਦਾ ਗਾਂਹ ਪਛਾਣ ਹੋ ਗਿਆ, ਇਹਦਾ ਗਾਂਹ ਪਛਾਣ ਵਾਲਾ, ਹਾਂਜੀ, ਠੀਕ ਹੈ ਬਈ, ਬਿਲਕੁਲ ਨਵਾਂ ਟ੍ਰੈਕਟਰ ਹੈ ਜੀ, ਠੀਕ ਹੈ ਬਈ, ਇਹਦਾ ਰੇਟ ਸਿਰਫ 5,15,000 ਰੁਪਏ ਜੀ, 5,15,000 ਰੁਪਏ ਬਈ, ਇਹ ਮਿਲਦਾ ਵੀ ਬਹੁਤ ਘੱਟ ਹੈ ਨਾ, ਬਹੁਤ ਘੱਟ ਟ੍ਰੈਕਟਰ, ਚੰਗਾ ਨਹੀਂ ਮਿਲਦਾ ਜੀ, ਚੰਗਾ ਨਹੀਂ ਮਿਲਦਾ, ਮਿਲ ਜਾਂਦੇ ਖੱਚ ਟ੍ਰੈਕਟਰ, ਜਿਵੇਂ ਮੈਂ ਵੇਖਿਆ ਕਿ ਇਹਦੇ ਸ਼ੋਅ ਆਈ ਕਿਤੇ ਸ਼ੋਅ ਡੈਮੇਜ ਹੋਈ ਪਈ ਜਿਵੇਂ ਕੁਛ ਵੀ ਹੈ ਨਾ, ਕੋ ਟੁੱਟਿਆ ਕਿਹਦਾ, ਕੋ ਟੁੱਟਿਆ ਕਿਹਦੇ ਰਿਮ ਰੰਗ ਹੈ ਜੀ, ਹੁਣ ਇਹਦੇ ਸਾਰਾ ਕੋ ਓਰੀਜਨਲ ਟ੍ਰੈਕਟਰ ਹੈ, ਸਹੀ ਗੱਲ ਉਹੀ ਹੈਗੀ ਨਾ, ਜਿਹੜਾ ਵਾਈ ਤੇ ਚੱਲੇ ਹੋਊਗਾ ਉਹਨੂੰ ਕੁਛ ਹੁੰਦਾ ਵੀ ਨਹੀਂ, ਹਾਂ ਨਹੀਂ ਇਹ ਵੈਸੇ ਮਸ਼ੀਨ ਤੇ ਵੀ ਚਲਾਇਆ ਹੋਣੇ ਬੰਦੇ ਨੇ, ਐਵੇਂ ਆਪਾਂ ਝੂਠ ਨਹੀਂ ਮਾਰਦੇ, ਠੀਕ ਹੈ ਜੀ, ਮਸ਼ੀਨ ਤੇ ਚਲਾਇਆ, ਪਰ ਮਸ਼ੀਨ ਤੇ ਟ੍ਰੈਕਟਰ ਚੱਲਣਾ ਸਿਰਫ ਜੀ ਮਹੀਨੇ ਚ, ਸਾਲ ਚ ਮਹੀਨਾ, 15 ਦਿਨ ਝੋਨੇ ਦੇ, 15 ਦਿਨ ਉਦੋਂ, ਹਾਂ ਸਹੀ, ਜਿਹੜਾ ਬੰਦਾ ਨਹੀਂ ਲਾਉਂਦਾ ਉਹਦਾ ਟ੍ਰੈਕਟਰ ਤੋਂ ਉੱਤੇ ਬਚਿਆ, ਬਹੁਤ ਘੱਟ ਚੱਲਦਾ, ਸਹੀ ਗੱਲ ਹੈ ਬਈ, ਹਾਂ ਬਿਲਕੁਲ ਓਕੇ ਟ੍ਰੈਕਟਰ ਜੀ, ਕੋਈ ਆ ਪਿੱਛੋਂ ਸਾਰੀ ਕੰਡੀਸ਼ਨ ਦਿਖਾ ਦੇ, ਬਾਕੀ ਬਈ ਸਰ 5,15,000 ਕੀਮਤ ਆ ਬਾਈ ਜਾਂਦਾ,
ਤੇ ਬਾਕੀ ਜਿਹੜੇ ਆਪਣੀ ਵੀਡੀਓ ਵੇਖੋ ਮਾਨਤਾ ਨੂੰ ਫੋਲੋ ਕਰੋ। ਆਪਣੇ ਸਰੋਤਿਆਂ ਨੂੰ ਬੇਨਤੀ ਹੈ ਵੀ ਆਪਣੇ ਇੱਕ ਬੱਚੇ ਨੇ ਪੇਜ ਬਣਾਇਆ ਆਪਣਾ ਯੂਟਿਊਬ ਤੇ ਬਰਾੜ ਟਰੈਕਟਰ ਕਾੜਨਾਟ ਹੈ। ਅੱਛਾ, ਇੱਕ ਪੱਕੇ ਸਵਰਾਜਾਂ ਵਾਲੇ ਦੋ ਪੇਜ ਚੱਲਦੇ ਆ ਜੀ, ਜਿਹਨੇ ਨੇ ਆਪਣੇ ਮੁੰਡੇ ਪਾਉਂਦੇ ਰਹਿੰਦੇ ਵੀਡੀਓ। ਇਹ ਦੇਖੋ ਵੀ ਜਿਹੜਾ ਹੁਣ ਜਿਵੇਂ ਮੈਂ ਤਾਂ ਅੱਜ ਬਾਈ ਕੋਲ ਟਰੈਕਟਰ ਸਾਡੇ ਕੋਲ ਆਉਂਦਾ, ਉਹਦੀ ਨਾਲ ਦੀ ਨਾਲ ਪਾ ਦਿੰਦੇ ਬਾਈਆਂ ਕੋਲੇ। ਬਾਕੀਆਂ ਦਾ ਪੇਜ ਹੈਗਾ ਬਾਈ, ਬਾਈਆਂ ਦਾ ਬਾਈ ਦੱਸਣਗੇ ਬਾਈ ਕੀ ਪੇਜ ਹੈ। ਬਰਾੜ ਟਰੈਕਟਰ ਕਾੜਨਾਟ ਹੈ ਇੱਕ ਤਾਂ, ਬਰਾੜ ਟਰੈਕਟਰ ਕਾੜਨਾਟ ਪੇਜ ਹੈ ਪੱਕੇ ਸਵਰਾਜਾਂ ਵਾਲੇ, ਪੱਕੇ ਸਵਰਾਜਾਂ ਵਾਲੇ। ਹਾਂ, ਦੋ ਮਤਲਬ ਬਾਕੀ ਉਹਦੇ ਉਹਨਾਂ ਪੇਜਾਂ ਦੇ ਬਾਈ ਕਹਿੰਦਾ ਵੀ ਹਰ ਜਦੋਂ ਸਾਡੇ ਕੋਲ ਯੂਟਿਊਬ ਤੇ ਬਰਾੜ ਟਰੈਕਟਰ ਕਾੜਨਾਟ ਜੀ, ਠੀਕ ਹੈ ਜੀ, ਜਿਹੜਾ ਦੂਜਾ ਫੇਸਬੁੱਕ ਤੇ, ਠੀਕ ਹੈ ਜੀ। ਬਾਕੀ ਮੰਨ ਕੇ ਉਹਨਾਂ ਦੇ ਵਿੱਚ ਵੀ ਜਦੋਂ ਕੋਈ ਅਪਡੇਟ ਮਿਲਦੀ ਰਹਿੰਦੀ, ਅਪਡੇਟ ਆਉਂਦੀ ਰਹਿੰਦੀ ਹੈ ਟਰੈਕਟਰ ਦੀ। ਸਹੀ ਗੱਲ ਹੈ ਬਾਈ, ਬਾਕੀ ਵੀ ਬਹੁਤ ਜ਼ਰੂਰ ਫੋਲੋ ਕਰਿਓ ਬਾਈ। ਬਾਕੀ ਦਵਾਈ ਦਾ ਨੰਬਰ ਵੀ ਦੇਵਾਂਗੇ ਬਾਈ, ਇੱਕ ਆਪਣਾ ਨੰਬਰ, ਆਪਣਾ ਨੰਬਰ ਜੀ 98553 ਜੀ ਰੋਡ ਢਾਲੀ, ਠੀਕ ਹੈ ਜੀ। ਬਾਈ ਸੁਖਦੇਵ ਦਾ ਨੰਬਰ ਹੈਗਾ 99152082017, ਦੋ ਨੰਬਰਾਂ ਦੇ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਤੁਸੀਂ, ਠੀਕ ਹੈ ਬਾਈ, ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਜੇ ਕੋਈ ਟਰੈਕਟਰ ਤੁਹਾਨੂੰ ਮੰਨ ਲਓ ਹੋਰ ਚਾਹੀਦਾ, ਠੀਕ ਹੈ, ਚੰਗਾ ਸਾਫ਼ ਸੁਥਰਾ, ਸਾਨੂੰ ਡਿਮਾਂਡ ਕਰ ਦਿਓ, ਅਸੀਂ ਹਫ਼ਤੇ 10 ਦਿਨਾਂ ਤੱਕ ਲਿਆ ਕੇ ਦੇ ਦਾਂਗੇ। ਮੰਨ ਕੇ ਨਹੀਂ ਵੀ ਜੇ ਕੋਈ ਮੰਨ ਕੇ ਬੁੱਕ ਕਰਵਾ ਲਓ, ਨਹੀਂ ਆਪਣੇ ਕੋਲੇ ਮੰਨ ਲਓ ਹੈ ਨਹੀਂ ਉਹਨਾਂ ਦੇ ਪਸੰਦ ਆ, ਠੀਕ ਹੈ, ਜੇ ਗਾਹਕ ਨੂੰ ਕੋਈ ਹੋਰ ਡਿਮਾਂਡ ਹੈ ਆਪਾਂ ਉਹ ਵੀ ਲਿਆ ਕੇ ਦੇ ਦਾਂਗੇ ਜੀ। ਇੱਕ ਆਪਣੇ ਕੋਲ ਟਰੈਕਟਰ XM ਹੈਗਾ, ਰਾਜਸਥਾਨ ਦੇ ਬੰਦੇ ਜਿਆਦਾ ਮੰਗਦੇ, ਸਾਈਡ ਗੇਅਰ ਵਾਲਾ 12 ਮਾਡਲ 855, ਠੀਕ ਹੈ, 2012 ਮਾਡਲ ਹੈ, ਨਵੇਂ ਟਾਇਰ ਹੈ, ਪੂਰਾ ਨਵਾਂ ਟਰੈਕਟਰ, ਸਿਰਫ 3,90,000 ਦਾ, ਉਹ ਵੀ ਟਰੈਕਟਰ ਸ਼ਾਮ ਤੱਕ ਆ ਜੂ, ਠੀਕ ਹੈ ਜੀ। ਬਾਕੀ ਬਾਈਆਂ ਦੇ ਪੇਜ ਕਰ ਲਓ ਫੋਲੋ ਬਾਈ, ਠੀਕ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।